वाहिगुरू जी का खालसा वाहिगुरू जी की फतेह। दुनिया भर विच सिख चैनल देख रहे साडे सारे दर्शकों के नाल नाल यूके ते यूरोप के दर्शकों का स्वागत है। मैं हाँ शिवजीत कौर, बुलेटिन की शुरुआत करांगे सुर्खियां दे नाल। इतिहास की किताब के मसले ते गरमाउंदी पंजाब की सियासत, अकाली दल ते कांग्रेस वालों एक दूजे ते जबरदस्त वार पलटवार। लुधियाना के एक पिंड की पंचायत ने लव मैरिज से सुनाया तुगल की फैसला, हुण मुख्यमंत्री कैप्टन नूं पंचायत के खिलाफ कार्रवाई करने की सिफारिश। आम आदमी पार्टी ने मंगया केंद्रीय मंत्री हरसिमरत बादल का अस्तीफा, दिल्ली के दयाल सिंह कॉलेज का नाम बंदे मातरम कॉलेज रखने का मामला, क्या मोदी सरकार की घटिया सियासत। पंजाब सरकार वालों किसान कर्ज माफी की पंजवी किश्त जारी, 29,17,00,000 रुपए की की कर्जा माफी। इतिहास की किताब के मसले नूं लेके पंजाब दी सियासत विच वार पलटवार का सिलसिला गरमाउंदा जा रहा है। एक पासे कैप्टन दे मंत्री अकाली दल नूं चुनौती दे रहे ने ते दूजे पासे अकाली लीडर भी इस मसले का मुंह तोड़वां जवाब देंदे नजर आए। तुसी 10वीं 11वीं दे विच पंजाब दी गुरुआं दी हिस्ट्री पढ़ाओ, 12वीं दे विच उन्हां नूं इंडिया दी हिस्ट्री नाल इंट्रोड्यूस करो, कोई चैप्टर जिहड़ा है ओह इलिमिनेट नहीं कीता। आ किसे हालत किसे हालत मैं कहना रिपीट करना किसे हालत एडा वड्डा जिहड़ा इन्हां ने धोखा जां गुनाह कीता है, पाप कीता है, ओह असीं इन्हां नूं कर नहीं देवांगे भावें कुछ मर्जी कुर्बानी देनी पए। ਉਹਨਾਂ ਦੀ ਨੋਨ ਸੀਰੀਅਸਨੈਸ ਮੈਂ ਦੱਸਾਂ ਜੀ, ਅੱਜ ਕੈਬਨਿਟ ਜਿਹੜਾ 3 ਮੰਤਰੀ ਬਿਠਾਏ ਹੈ, ਇਹਨਾਂ ਦੀ ਪ੍ਰੈਸ ਕਾਨਫਰੰਸ ਸੀ ਕਿ ਇੱਕ ਦੱਸਾਂ ਕਿ ਜ਼ਖਮ ਤੇ ਨਮਕ ਛਿੱਟਣ ਵਾਲੀ ਗੱਲ ਹੈ, ਜ਼ਖਮ ਤੇ ਨਮਕ ਛਿੱਟਣ ਵਾਲੀ ਗੱਲ ਹੈ। 12ਵੀਂ ਜਮਾਤ ਦੇ ਸਿਲੇਬਸ ਚੋਂ ਸਿੱਖ ਇਤਿਹਾਸ ਤੇ ਸਿੱਖ ਗੁਰੂਆਂ ਬਾਰੇ ਲੇਖ ਮੰਨਪ ਤੇ ਨਿਸ਼ਾਨੇ ਤੇ ਨੇ। ਮੁੱਖ ਮੰਤਰੀ ਪੰਜਾਬ ਦਾ ਬਚਾਓ ਕਰਨ ਲਈ ਪੰਜਾਬ ਦੇ 3 ਵਜ਼ੀਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਮੈਦਾਨ ਵਿੱਚ ਆਏ। ਵਿੱਤ ਮੰਤਰੀ ਨੇ ਸਫਾਈ ਦਿੱਤੀ ਕਿ ਸਿੱਖ ਇਤਿਹਾਸ ਤੇ ਗੁਰੂਆਂ ਸੰਬੰਧੀ ਪਾਠਕ੍ਰਮ 11ਵੀਂ ਦੇ ਸਿਲੇਬਸ ਚ ਪਾਇਆ ਗਿਆ, ਜਿਸ ਤੋਂ ਸਾਫ਼ ਹੈ ਕਿ ਕੁਝ ਵੀ ਘਟਿਆ ਨਹੀਂ ਬਲਕਿ ਸਿੱਖ ਇਤਿਹਾਸ ਬਾਰੇ ਪਾਠਕ੍ਰਮ ਵਧਾਏ ਗਏ। ਬਾਦਲ ਦੇ ਮੁਤਾਬਕ ਇਸ ਤੇ ਵਿਵਾਦ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਨਪ੍ਰੀਤ ਬਾਦਲ ਵੱਲੋਂ ਜਨਸੰਘ ਦੇ ਏਜੰਡੇ ਨੂੰ ਅਸਿੱਧੇ ਢੰਗ ਚ ਸਿੱਖ ਵਿਰੋਧੀ ਦੱਸ ਬਾਦਲ ਪਰਿਵਾਰ ਦੀ ਸਿਆਸੀ ਸਾਂਝ ਤੇ ਵੀ ਸਵਾਲੀਆ ਨਿਸ਼ਾਨ ਲਗਾਇਆ ਗਿਆ। ਸੋ ਬੋਰਡ ਨੇ ਫੈਸਲਾ ਕੀਤਾ ਕਿ ਸਾਡੇ ਬੱਚੇ ਕੰਪੀਟੀਸ਼ਨ ਚ ਆ ਸਕਣ। ਤੁਸੀਂ 10ਵੀਂ 11ਵੀਂ ਦੇ ਵਿੱਚ ਪੰਜਾਬ ਦੀ ਗੁਰੂਆਂ ਦੀ ਹਿਸਟਰੀ ਪੜਾਓ, 12ਵੀਂ ਦੇ ਵਿੱਚ ਉਹਨਾਂ ਨੂੰ ਇੰਡੀਆ ਦੀ ਹਿਸਟਰੀ ਨਾਲ ਇੰਟਰੋਡਿਊਸ ਕਰੋ, ਕਿਉਂਕਿ ਵਰਨਾ ਉਹ ਕੰਪੀਟੀਸ਼ਨ ਚੋਂ ਬਾਹਰ ਹੋ ਜਾਣਗੇ। ਔਰ ਇਹ ਵਜ੍ਹਾ ਸੀ, ਕੋਈ ਚੈਪਟਰ ਜਿਹੜਾ ਹੈ ਉਹ ਇਲੀਮੀਨੇਟ ਨਹੀਂ ਕੀਤਾ। ਐਕਸਪਰਟਸ ਜਿਹੜੀ ਹੈ, ਔਰ ਮੈਂ ਫਿਰ ਕਹਿੰਦਾ ਗਵਰਨਮੈਂਟ ਆਫ ਪੰਜਾਬ ਔਰ ਕਿਸੇ ਵੀ ਗਵਰਨਮੈਂਟ ਨੂੰ ਐਕੇਡੈਮਿਕ ਆਟੋਨਮੀ ਜਿਹੜੀ ਹੈ ਇਹਨੂੰ ਰਿਸਪੈਕਟ ਕਰਨਾ ਚਾਹੀਦਾ। ਪੋਲੀਟੀਕਲ ਕੰਸਰਨ ਜਿਹੜੀਆਂ ਦੇ ਸ਼ੁਡ ਨਾਟ ਡਿਕਟੇਟ ਦ ਡਿਬੇਟ, ਇਹ ਐਕੇਡੈਮਿਕਸ ਤੇ ਛੱਡ ਦੇਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਕਦੋਂ ਪੜ੍ਹੀ ਜਾਏਗੀ। ਔਰ ਇੱਕ ਇਹ ਵੀ ਅਖਬਾਰ ਚ ਕੋਈ ਮੈਂ ਕਿਤੇ ਪੜ੍ਹਿਆ ਕਿ ਸ਼ਾਇਦ RSS ਕੋਈ ਪੰਜਾਬ ਦਾ ਏਜੰਡਾ ਡਿਕਟੇਟ ਕਰ ਰਹੀ ਹੈ। ਹੋਰ ਕੋਈ ਕਵੇ ਤਾਂ ਠੀਕ ਹੈ, ਪਰ ਜਿਹੜੇ ਪ੍ਰੈਸ ਦੇ ਇੱਥੇ ਕਲਮਕਾਰ ਲੋਕ ਬੈਠੇ ਆ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਤੇ RSS ਦਾ ਕਿੱਡਾ ਸ਼ਦੀਦ ਇਖਤਲਾਫ ਹੈ ਹਰ ਚੀਜ਼ ਤੇ, ਹਰ ਪਹਿਲੂ ਤੇ। ਸੋ ਇਹ ਇਹ ਕਹਿਣਾ ਕਿ ਪੰਜਾਬ ਸਰਕਾਰ RSS ਦਾ ਏਜੰਡਾ, ਇਹ ਤਾਂ ਮਤਲਬ ਮੈਂ ਸਮਝਦਾ ਕਿ ਬੇਹੂਦਾ ਗੱਲ ਹੈ। ਮੁੱਦਾ ਸਿੱਖ ਇਤਿਹਾਸ ਨਾਲ ਜੁੜਿਆ ਸੀ ਤਾਂ ਇਸ ਮੌਕੇ ਦਾ ਲਾਹਾ ਲੈਂਦਿਆਂ ਜੇਲ੍ਹ ਮੰਤਰੀ ਵੱਲੋਂ ਬਾਦਲ ਪਰਿਵਾਰ ਤੇ ਸਿੱਖੀ ਦਾ ਘਾਣ ਕਰਨ ਦੇ ਇਲਜ਼ਾਮ ਲਗਾਏ ਗਏ ਤੇ ਸੁਖਬੀਰ ਬਾਦਲ ਦੇ ਪਤਿਤ ਹੋਣ ਬਾਰੇ ਵੀ ਕਹਿ ਦਿੱਤਾ। ਇਹ ਗੰਭੀਰ ਦੋਸ਼ ਲਗਾ ਕੇ ਰੰਧਾਵਾ ਨੇ ਸਰਕਾਰ ਵੱਲੋਂ ਵਿਵਾਦੀ ਤੂਫਾਨ ਥੰਮਣ ਲਈ ਕੀਤਾ ਫੈਸਲਾ ਸੁਣਾਇਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਾਈਵੇਟ ਪਬਲਿਸ਼ਰ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਤੇ ਹੁਣ ਕਿਤਾਬਾਂ ਪੰਜਾਬ ਸਕੂਲ ਸਿੱਖਿਆ ਬੋਰਡ ਛਾਪਿਆ ਕਰੇਗਾ। ਇੱਥੇ ਦੱਸਿਆ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਆਪਣੇ ਧਿਆਨ ਚ ਰੱਖੀਏ ਕਿ ਪੰਜਾਬ ਦੀ ਜਿਹੜੀ ਹਿਸਟਰੀ ਆ, ਤੋੜਨ ਮਰੋੜਨ ਵਾਲਾ ਕੌਣ ਆ, ਪੰਜਾਬ ਨੂੰ ਖਤਮ ਕਰਨ ਵਾਲਾ ਕੌਣ ਆ। ਅੱਜ ਇਹ ਸਿੱਖ ਹਿਸਟਰੀ ਦੀ ਗੱਲ ਕਰਦੇ ਆ ਤੇ ਆ ਮੇਰੇ ਸਾਹਮਣੇ ਨਾਨਕ ਸ਼ਾਹ ਫਕੀਰ ਦੀ ਜਿਹੜੀ
फिल्म आनी सी ओदे विच निर्मल सिंह खालसा पदम श्री वालों ए लिखिया उन्होंने पहली मीटिंग विच उन्होंने आ मेरे ख्याल ये पेपर है जी पंजाबी जागरण ये हैगा 4 मार्च 2018 ओदे च उन्होंने लिखिया पहली ही मीटिंग विच इस फिल्म का नामकरण दास की सलाह ते नानक शाह फकीर रखने की सहमति बन गई। इहदा मतलब श्रोमणी कमेटी ने इन्हां नूं कहा ते उत्थे नाल उपरंत सचखंड श्री दरबार साहब श्री अमृतसर जाके कड़ा प्रसादी दे करवा के अरदास कीती गई। कानक सिखी दा ए कर रहे ने कि कांग्रेस कर रही है नाल ही अगे सुनो उन्होंने कहा असली कहानी लिखण लई बहुत सारे विद्वानां दीआं सेवावां लईआं गईआं जिन्हां दे विच विद्वान डॉक्टर रूप सिंह चीफ सकत्तर श्रोमणी गुरुद्वारा प्रबंधक कमेटी तीरथ सिंह ढिल्लों चीफ न्यूज रीडर दूरदर्शन जलंधर प्रोफेसर कपूर सिंह प्रोफेसर इंदरजीत सिंह गगवाणी ते दासरा शामिल सन। खैर मेरी ड्यूटी फिल्म शब्द ज्वाइन करके चोन करन दी लगी समुची सक्रिप्ट पढ़ के मैं 7 शब्दां दी चोन अत इमानदारी नाल कर ली सी ते सिक्के उत्ते उत्तम सिंह होरां दी सहमति नूं प्रगट किया। इहदे च मैं एक चीज चैन चलो कल उन्हां ने यह भी कहा कि कैप्टन अमरिंदर सिंह इन्हां नूं सद के सजा लाई जाए ते सजा लाउण जे लाउणी आ ते सजा लगनी चाहीदी आ अकाल तख्त दे जथेदार नूं सजा लगनी चाहीदी आ रूप सिंह जिहड़ा इन्हां दा सैकटरी आ जिहड़ा इस वेले उत्थे मौजूदा सैकटरी आ जिन्हां सिक्खी दा खात्मा करन वाला ओह आ जिहड़े RSS दे इल्जाम ला रहे RSS दे नाल जे रली आ ओह श्रोमणी गुरुद्वारा प्रबंधक कमेटी रली आ उत्थों दा सैकटरी रलिया सुखबीर सिंह बादल रलिया ना कि कांग्रेस रली। किताब मामले नूं लैके सियासी मैदान पूरी तरह पख्या होया कांग्रेस दे वजीरां दी तिकड़ी दा सामना करन लई श्रोमणी अकाली दल दे प्रधान सुखबीर सिंह बादल वल्लों भी प्रेस कांफ्रेंस कीती गई जिथे उन्हें एक बार मुड़ पंथक पत्ता खेडदिआं कांग्रेस नूं मुड़ तों सिख विरोधी दस्सिआ ते मंग कीती है कि कांग्रेस 12वीं दे सिलेबस च सिख इतिहास पढ़ाए क्योंकि बच्चे बोर्ड की जमात दे दौरान ही गंभीरता नाल पढ़दे ने। अकाली दल ने चेतावनी भी दी है कि सूबा सरकार अपनी गलती दुरुस्त करे नहीं तो अकाली आगू जेल भरन लई भी तैयार ने। अज सारी पार्टी रिक्वेस्ट कर दी है देयर गवर्नमेंट हैज कमिटेड अ बिग ब्लंडर डू नॉट मेक इट अ प्रेस्टीज इशू दिस इज फ्यूचर ऑफ अ स्टेट इनवॉल्व ਤੁਸੀਂ ਇਹਨੂੰ ਆਪਣਾ ਪ੍ਰਸਟੀਜ ਇਸ਼ੂ ਨਾ ਸੋਚੋ ਕਿ ਹੁਣ ਗਲਤੀ ਸਾਡੇ ਮੇਰੇ ਅਫਸਰ ਤੋਂ ਹੋ ਗਈ ਅਸੀਂ ਹੁਣ ਕਰਨਾ ਇਹਨਾਂ ਨੂੰ ਬੋਲਡਲੀ ਆ ਗਲਤੀ ਨੂੰ ਸੁਧਾਰ ਕੇ ਜਿਹੜੀ ਪੁਰਾਣੀ ਟੈਕਸਟ ਬੁੱਕ ਪੁਰਾਣੀ ਜਿਹੜੀ ਸਿਲੇਬਸ ਹੈ ਉਹਨੂੰ 12ਵੀਂ ਚ ਲਾਗੂ ਕੀਤਾ ਜਾਏ ਪੰਜਾਬ ਹਿਸਟਰੀ ਹੈਜ਼ ਨੂੰ 12ਵੀਂ ਚ ਪੜ੍ਹਾਇਆ ਜਾਏ ਪੂਰੀ ਪੰਜਾਬ ਹਿਸਟਰੀ ਜਿਹੜੇ 22 ਚੈਪਟਰ ਹੈ 22 ਦੇ 22 ਚੈਪਟਰ ਨੂੰ 12ਵੀਂ ਪੜ੍ਹਾਈ ਜਾਏ ਜਿਹੜੀ ਦੂਜੀ ਜਿਹੜੀ ਹੈ ਇੰਡੀਆ ਹਿਸਟਰੀ ਜਿਹੜੀ 11ਵੀਂ ਸੀ ਜਿਵੇਂ ਓਰਿਜਨਲ ਸੀ ਉਵੇਂ ਹੋਣਾ ਚਾਹੀਦਾ ਆ ਕਿਸੇ ਹਾਲਤ ਚ ਕਿਸੇ ਹਾਲਤ ਚ ਮੈਂ ਕਹਿਣਾ ਰਿਪੀਟ ਕਰਨਾ ਕਿਸੇ ਹਾਲਤ ਚ ਐਡਾ ਵੱਡਾ ਜਿਹੜਾ ਇਹਨਾਂ ਨੇ ਧੋਖਾ ਜਾਂ ਗੁਨਾਹ ਕੀਤਾ ਪਾਪ ਕੀਤਾ ਉਹ ਅਸੀਂ ਇਹਨਾਂ ਨੂੰ ਕਰ ਨਹੀਂ ਦੇਵਾਂਗੇ ਭਾਵੇਂ ਕੁਛ ਮਰਜ਼ੀ ਕੁਰਬਾਨੀ ਦੇਣੀ ਪਏ ਕਿਸੇ ਹਾਲਤ ਚ ਦੇ ਕਾਂਟ ਫਸਟ ਆਫ ਆਲ ਹੀ ਹੈਜ਼ ਨੋ ਰਾਈਟ ਦਿਸ ਗਵਰਨਮੈਂਟ ਹੈਜ਼ ਨੋ ਰਾਈਟ ਦਾ ਸੀ ਐਮ ਹੈਜ਼ ਨੋ ਰਾਈਟ ਹਿਸ ਕੈਬਨਿਟ ਹੈਜ਼ ਨੋ ਰਾਈਟ ਟੂ ਕੰਪਲੀਟਲੀ ਇਲੀਮੀਨੇਟ ਆਰ ਹਿਸਟਰੀ ਗੁਰੂ ਸਾਹਿਬਾਨ ਦੀ ਹਿਸਟਰੀ ਇਲੀਮੀਨੇਟ ਕਰਨਾ ਇਹ ਤੋਂ ਵੱਡਾ ਗੁਨਾਹ ਤੇ ਪਾਪ ਕੋਈ ਕਰ ਨਹੀਂ ਸਕਦਾ ਜਿਨ੍ਹਾਂ ਨੇ ਕੀਤਾ ਜੇ ਗਲਤੀ ਹੋਈ ਹੈ ਮੰਨ ਲੈਣੀ ਚਾਹੀਦੀ ਹੈ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਮੰਨ ਕੇ ਇਹਨਾਂ ਨੂੰ ਚੇਂਜ ਕਰਕੇ ਫੈਸਲਾ ਜਲਦੀ ਤੋਂ ਜਲਦੀ ਕਰ ਲੈਣ ਨਹੀਂ ਤਾਂ ਜੀ ਸਾਰੇ ਆ ਲੜਾਈ ਸਾਰੇ ਪੰਜਾਬੀਆਂ ਦੀ ਤੇ ਖਾਸ ਕਰਕੇ ਸਾਰੀ ਖਾਲਸਾ ਪੰਥ ਦੀ ਲੜਾਈ ਇਸ ਸਰਕਾਰ ਦੇ ਨਾਲ ਸ਼ੁਰੂ ਹੋ ਜਾਣੀ ਹੈ ਉਹਨਾਂ ਦੀ ਨੋਨ ਸੀਰੀਅਸਨੈਸ ਮੈਂ ਦੱਸਾਂ ਜੀ ਅੱਜ ਕੈਬਨਿਟ ਜਿਹੜਾ 3 ਮੰਤਰੀ ਬਿਠਾਏ ਹੈ ਇਹਨਾਂ ਦੀ ਪ੍ਰੈਸ ਕਾਨਫਰੰਸ ਹੀ ਇੱਕ ਦੱਸਾਂ ਕਿ ਜ਼ਖਮ ਤੇ ਨਮਕ ਛਿੱਟਣ ਵਾਲੀ ਗੱਲ ਹੈ। ਮਾਮਲਾ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਸੋ ਪੱਕ ਰੱਖਣ ਲਈ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਪਿੱਛੇ ਨਾ ਰਹੇ ਉਹਨਾਂ ਆਖਿਆ ਕਿ ਵਿਭਾਗ ਵੱਲੋਂ 4 ਸਾਹਿਬਜ਼ਾਦਿਆਂ ਤੇ ਸਾਰਾਗੜੀ ਦੀ ਲੜਾਈ ਦੇ ਨਾਲ ਸੰਬੰਧਿਤ ਚੈਪਟਰ ਸਿਲੇਬਸ ਵਿੱਚ ਸ਼ਾਮਲ ਕੀਤੇ ਗਏ ਨੇ। ਸਫਾਈਆਂ ਤੋਂ ਬਾਅਦ ਸੋਨੀ ਨੇ ਅਕਾਲੀ ਦਲ ਦੇ ਸਾਬਕਾ ਵਿਵਾਦਿਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਕਾਰਜਕਾਲ ਸਮੇਂ ਹੋਏ ਕਿਤਾਬ ਮਾਮਲੇ ਦੀ ਜਾਂਚ ਕਰਵਾਉਣ ਵਾਲਾ ਤੀਰ ਚਲਾ ਕੇ ਸੰਕਟ ਦੇ ਬੱਦਲ ਸਾਫ਼ ਕਰਨ ਲਈ ਕੋਸ਼ਿਸ਼ ਵੀ ਕੀਤੀ। ਆਪਣੀਆਂ ਪਲੱਸ 1 ਤੇ ਪਲੱਸ 2 ਜਿਹੜੀਆਂ ਬੋਰਡ ਵੱਲੋਂ ਰਿਲੀਜ਼ ਹੋਣਗੀਆਂ ਬੋਰਡ ਵੱਲੋਂ ਛਾਪੀਆਂ ਜਾਣਗੀਆਂ
ਉਹ ਅਸੀਂ ਬੱਚਿਆਂ ਨੂੰ ਦਿਆਂਗੇ। ਉਹਦੇ ਚ ਸਾਰੀ ਹਿਸਟਰੀ ਆ, ਸਾਰਾ ਸਾਡਾ ਇਤਿਹਾਸ ਆ, ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ। ਮੈਂ ਥੋੜਾ ਸਪਲੀਮੈਂਟ ਕਰ ਦਾ ਆ ਗੱਲਾਂ, ਤੁਸੀਂ ਰੋਜ਼ ਅਖਬਾਰਾਂ 'ਚ ਇਹਨਾਂ ਦੀਆਂ ਸਟੇਟਮੈਂਟਾਂ ਪੜ੍ਹਦੇ ਹੋ। ਆ ਇੱਥੇ ਸਾਡੇ ਕੋਲ ਗਾਈਡ ਹੋਣੀ ਆ, ਆ ਦਿਓ ਇਹ ਗਾਈਡ ਜਿਹੜੀ ਆ, ਇਹ ਵਿਖਾ ਰਹੇ ਨੇ ਪ੍ਰੈਸ 'ਚ ਵਿਖਾ ਰਹੇ ਨੇ। ਇਹ ਜਿਹੜੀ ਇਹ ਜਿਹੜੀ ਗਾਈਡ ਆ, ਇਹ ਕੋਈ ਸੋ ਇਹਦੇ ਪੇਜ ਜਿਹੜੇ ਨੇ ਇਹਨਾਂ ਨਾਲ ਕੰਪੈਰੀਜ਼ਨ ਕਰ ਰਹੇ ਨੇ ਸਾਡੀ ਜਿਹੜੀ ਟ੍ਰਸਟ ਬੁੱਕ ਆ ਜਿਹੜੀ ਅਸੀਂ ਰਿਲੀਜ਼ ਕੀਤੀ ਆ। ਹਾਂਜੀ ਇਹ ਜਿਹੜੇ ਗਾਈਡ ਜਿਹੜੇ ਪਬਲਿਸ਼ਰ ਜਿਹੜੇ ਪ੍ਰਾਈਵੇਟ ਨੇ ਉਹਨਾਂ ਦੀਆਂ ਨੇ। ਪੰਜਾਬ ਦੇ ਤਮਾਮ ਸਿਆਸਤਦਾਨ 12ਵੀਂ ਜਮਾਤ ਦੇ ਕਿਤਾਬ ਮਾਮਲੇ ਨੂੰ ਲੈ ਕੇ ਇੱਕ ਦੂਜੇ ਤੇ ਚਿੱਕੜ ਉਛਾਲ ਰਹੇ ਨੇ। 29 ਅਪ੍ਰੈਲ ਨੂੰ ਸਿੱਖਿਆ ਮੰਤਰੀ ਇਸ ਮਾਮਲੇ ਬਾਰੇ ਅਣਜਾਣ ਸਨ, ਪਰ ਹੁਣ ਉਹਨਾਂ ਗਿਆਨਤਾ ਦਿਖਾਉਂਦੇ ਹੋਏ ਅਕਾਲੀ ਭਾਜਪਾ ਸਰਕਾਰ ਸਮੇਂ ਦੇ ਕਿਤਾਬ ਮਾਮਲੇ ਨੂੰ ਹਵਾ ਦੇ ਕੇ ਵਿਰੋਧ ਘਟਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਇਸ ਗਲਤੀ ਨੂੰ ਜਲਦੀ ਦਰੁਸਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਸਿੱਖ ਗੁਰੂਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਇਤਿਹਾਸ ਹੀ ਸਾਨੂੰ ਜੜ੍ਹਾਂ ਵੱਲ ਮੋੜਦਾ ਹੈ। ਲੁਧਿਆਣਾ ਦੇ ਇੱਕ ਪਿੰਡ ਵਿੱਚ ਪੰਚਾਇਤ ਨੇ ਅਜਿਹਾ ਫੈਸਲਾ ਜਾਰੀ ਕੀਤਾ ਜਿਸ ਨੇ ਭਾਰਤੀ ਸੰਵਿਧਾਨ ਤੋਂ ਲੈ ਕੇ ਸੁਪਰੀਮ ਕੋਰਟ ਦੇ ਸਾਰੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਹੁਣ ਇਸ ਮਾਮਲੇ ਵਿੱਚ ਸਿਆਸਤਦਾਨ ਵੀ ਉੱਤਰ ਆਏ ਨੇ। ਲੁਧਿਆਣਾ ਜ਼ਿਲ੍ਹਾ ਦੇ ਕਸਬਾ ਦੁਰਾਹ ਦੇ ਪਿੰਡ ਚਣਕੋਈਆਂ ਖੁਰਦ ਦੀ ਪੰਚਾਇਤ ਨੇ ਤੁਗਲਕੀ ਫੁਰਮਾਨ ਜਾਰੀ ਕੀਤਾ ਸੀ। ਅਸਲ ਵਿੱਚ ਪਿੰਡ ਦੀ ਪੰਚਾਇਤ ਨੇ ਪ੍ਰੇਮ ਵਿਆਹ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ। ਇਸ ਤੁਗਲਕੀ ਫੁਰਮਾਨ ਤੋਂ ਬਾਅਦ ਹੁਣ ਇਸ ਫੈਸਲੇ ਦਾ ਵਿਰੋਧ ਹੋਣ ਲੱਗਿਆ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਇਸ ਫੈਸਲੇ ਦੇ ਖਿਲਾਫ ਪਿੰਡ ਦੀ ਪੰਚਾਇਤ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਸਾਡੇ ਸਹਿਯੋਗੀ ਕਾਸਿਫ ਫਾਰੂਕੀ ਨੇ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਦੇਖੋ ਬਹੁਤ ਹੀ ਮੱਧਯੁਗੀ ਫਰਮਾਨ ਹੈਗਾ ਹੈ ਜੀ, ਔਰ ਪਿਛਾਖੜੀ ਹੈਗਾ ਹੈ, ਤੇ ਇਹਦੇ ਚ ਜਿਹੜੀ ਕਿਸੇ ਬੰਦੇ ਦੀ ਆਜ਼ਾਦੀ ਹੈਗੀ ਹੈ ਨੌਜਵਾਨਾਂ ਦੀ, ਆਪਣੀ ਆਪਣੇ ਜਿਹੜੇ ਗਸਟ ਨੇ ਜਿਹੜੇ ਅਡਲਟ ਨੇ ਉਹਨਾਂ ਜਿਹੜਾ ਆਪਣਾ ਜੀਵਨ ਸਾਥੀ ਚੁਣਨ ਦਾ ਹੱਕ ਹੈ ਦੁਨੀਆਂ ਚ ਹਾਸਲ ਹੈਗਾ ਹੈ, ਸੰਵਿਧਾਨ ਚ ਵੀ ਹਾਸਲ ਹੈਗਾ ਹੈ। ਕਿਸੇ ਵੀ ਪੰਚਾਇਤ ਨੂੰ, ਕਿਸੇ ਵੀ ਗੁਰਦੁਆਰਾ ਕਮੇਟੀ ਨੂੰ, ਕਿਸੇ ਵੀ ਕਲੱਬ ਨੂੰ ਕੋਈ ਹੱਕ ਹਾਸਲ ਨਹੀਂ ਕਿ ਨੌਜਵਾਨਾਂ ਕੋਲ ਹੱਕ ਹੋਣ ਵਾਸਤੇ ਏਦਾਂ ਦਾ ਉਹ ਜਿਹੜਾ ਇੱਕ ਤੁਗਲਕੀ ਫਰਮਾਨ ਜਾਰੀ ਕਰਨ ਤੇ ਉਹਨਾਂ ਨੂੰ ਪਿੰਡ ਦੀ ਗੁਰਦੁਆਰੇ ਵਿੱਚ ਜਾਂ ਪਿੰਡ ਦੀ ਸਾਂਝੀ ਸਾਂਝਾ ਦਾ ਉਹਨਾਂ ਨੂੰ ਵਰਤਣ ਦੀ ਆਗਿਆ ਨਹੀਂ ਹੋਊ ਜੀ ਜੀ, ਖਾਪ ਪੰਚਾਇਤਾਂ ਨੇ ਨਾ, ਇਹ ਪੰਜਾਬ ਦੀ ਪਹਿਲੀ ਖਾਪ ਹੈ। ਮੈਂ ਮੰਗ ਕੀਤੀ ਹੈ ਕਿ ਉਸ ਪੰਚਾਇਤ ਨੂੰ ਭੰਗ ਕੀਤਾ ਜਾਵੇ ਜੀ, ਤੇ ਜਿਹਨਾਂ ਲੋਕਾਂ ਨੇ ਇਹ ਨੌਜਵਾਨਾਂ ਦੇ ਖਿਲਾਫ ਜਾਂ ਮਤਲਬ ਸੰਵਿਧਾਨਕ ਜਿਹੜਾ ਜਿਹੜੇ ਹੱਕ ਹੈਗੇ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਮਤਾ ਪਾਸ ਕੀਤਾ ਹੈਗਾ, ਉਹਨਾਂ ਦੇ ਕੇਸ ਰਜਿਸਟਰ ਕੀਤਾ ਜਾਵੇ। ਮੈਂ ਸਰਕਾਰ ਦਾ ਰਿਸਪੌਂਸ ਦੇਖਦਾ ਜੀ, ਉਸ ਤੋਂ ਬਾਅਦ ਅਸੀਂ ਆਪਣੇ ਪੱਤਰ ਕਰ ਚੁੱਕਾਂਗੇ ਜੀ, ਯੂਥ ਨੂੰ ਅਸੀਂ ਯੂਨੀਵਰਸਿਟੀ ਜਾ ਕੇ ਕਾਲਜਾਂ ਤੇ ਯੂਥ ਨੂੰ ਆਰਗਨਾਈਜ਼ ਕਰਾਂਗੇ ਜੀ, ਕਿਉਂਕਿ ਅਸੀਂ ਮੱਧਯੁਗੀ ਪੰਜਾਬ ਥੋੜੀ ਬਣਾਉਣਾ ਹੈਗਾ, ਅਸੀਂ ਆਧੁਨਿਕ ਪੰਜਾਬ ਬਣਾਉਣਾ, ਅਸੀਂ 21ਵੀਂ ਸਦੀ ਦਾ ਪੰਜਾਬ ਬਣਾਉਣਾ ਹੈਗਾ ਹੈ। ਮਤਲਬ ਜੇ ਕਿਸੇ ਨੈਚੁਰਲ ਹੈ ਕਿ ਜੇ ਲੜਕੇ ਲੜਕੀਆਂ ਦੇ ਆਪਸੀ ਸੰਬੰਧ ਬਣਦੇ ਹੈਗੇ ਤੇ ਦੁਨੀਆਂ ਭਰ ਚ ਬਣਦੇ ਹੈਗੇ, ਔਰ ਜਿਹੜੇ ਜਿਹੜੀਆਂ ਹਜ਼ਾਰਾਂ ਮੈਂ ਕਹਿੰਦਾ 50,000 70,000 ਕੁੜੀ ਪੰਜਾਬ ਦੇ ਪਿੰਡਾਂ ਚ ਬੈਠੀ, ਹਰ ਪਿੰਡ ਚ 5-5 ਕੁੜੀਆਂ ਪੇਕੀ ਬੈਠੀਆਂ ਹੋਈਆਂ, ਕਿਸੇ ਨੇ ਖੁਦਕੁਸ਼ੀਆਂ ਕਰ ਲਈਆਂ ਥੋੜੇ ਜਿਹੇ ਉੱਥੇ ਅੱਕ ਕੇ ਜਾਂ ਦੁਖੀ ਹੋ ਕੇ ਉਹ ਇਹਨਾਂ ਮਾਪਿਆਂ ਦੇ ਸਿਹੜੇ ਹੋਏ ਆ, ਉਹ ਤਾਂ ਨੀ ਲਵ ਮੈਰਿਜ ਹੈਗੀ, ਉਹ ਰਿਸ਼ਤੇ ਜਿਹੜੇ ਜਿਹੜੀ ਕੁੜੀਆਂ ਸਫ਼ਰ ਕਰ ਰਹੀਆਂ ਤਲਾਕ ਹੋ ਗਏ ਜਾਂ ਘਰ ਬੈਠੀਆਂ ਪੇਕੀਆਂ ਬੈਠੀਆਂ ਨੇ ਉਹ ਕਿਤੇ ਲਵ ਮੈਰਿਜ ਸੀਗੇ, ਉਹ ਰੇਂਜ ਇਹਨਾਂ ਮਾਪਿਆਂ ਦੇ ਰੇਂਜ ਮੈਰਿਜ ਸੀਗੇ, ਆਪਣੀ ਆਪਣੀ ਜਾਤ ਆਪਣੀ ਧਰਮ ਆਪਣੇ ਕੋਲ ਆਪਣੀ ਜਾਤ ਆਪਣੇ ਧਰਮ ਕੀਤੇ ਹੋਏ ਸੀਗੇ। ਇਹਦਾ ਤੁਗਲਕੀ ਮੱਧਯੁਗੀ ਫਰਮਾਨ ਹੈਗਾ ਔਰ ਬੜਾ ਪਿਛਾਕੜੀ ਫਰਮਾਨ ਹੈਗਾ, ਇਹਦਾ ਵਿਰੋਧ ਕਰਨਾ ਚਾਹੀਦਾ। ਜੇਕਰ ਇਹ ਲਾਟ ਬਾਕੀ ਪੰਜਾਬ ਦੇ ਲੱਗ ਗਈ ਤਾਂ ਪੰਜਾਬ ਖਾਸ ਪੰਚਾਇਤਾਂ ਵਰਗਾ ਪੰਜਾਬ ਜਿੱਥੇ ਲਾਸ਼ਾਂ ਲੜਕੀਆਂ ਮਿਲਦੀਆਂ ਦਰਖਤਾਂ ਦੇ ਬਾਹਰ, ਪੰਚਾਇਤ ਵੱਲੋਂ ਫਤਵੇ ਜਾਰੀ ਹੁੰਦੇ ਹੈਗੇ ਆ ਕਿ ਇਹਨਾਂ ਨੂੰ ਮਾਰ ਦਿਓ ਤੇ ਬੱਚੇ ਘਰੋਂ ਭੱਜ ਕੇ, ਮਤਲਬ ਔਰ ਇਹਦੇ ਚ ਬੜਾ ਖਤਰਨਾਕ ਟ੍ਰੈਂਡ ਪਿਆ ਹੈਗਾ ਕਿ ਕੱਲ ਨੂੰ ਇਹ ਆਨਰ ਕਿਲਿੰਗ ਤੱਕ ਜਾਊਗਾ, ਆਨਰ ਕਿਲਿੰਗ ਤੱਕ ਜੀ ਜੀ।
लखबीर सिंह लखा मामले ते गोलमोल जवाब दिंदे नजर आए। उन्होंने ना तो इस फैसले का खुल के विरोध किया अते ना ही अजिहा करन वाले नूं कोई चेतावनी दिती। पर साडे देश अंदर जिहड़ा साडा संविधान आ कानून वो लॉ करदा भी हर देश दा वो नागरिक जिहदी उम्र 18 साल ते 21 साल दी वो बालग आ वह स्वतंत्रता दा कोई भी कम करन लई। पर जिहड़ा पंजाब दा माहौल आ पंजाब दा कल्चर आ उहनूं देख के पिंड वालिआं ने जिहड़ा फैसला किया उन्होंने अपने पद्धर ते किया कोई सरकारी रिकॉर्ड च नहीं हैगा कोई उहदा सरकारी मता नहीं जो मैं संबंधित महकमे दे अधिकारियों नाल गल कीती आ तो पंजाब अंदर यह जिहा माहौल नहीं होना चाहिए तो पंजाब की जो लोगों की आस उम्मीद होंगी अपने पेरेंट्स की बच्चों पर होंगी है बच्चे की करते ने की चाहते ने सानू अज के माहौल नाल उन्होंने नाल चलना पैंदा। पर जिहड़ी भी लव मैरिज की गल आ ये पूरे देश अंदर ट्रेंड चल रहा जो भी कानून अलाउ करता असीं कानून के दायरे च रह के आ वह सारा कुछ करते। दूजे पासे पिंड वासी पंचायत दे इस फैसले नूं पूरी तरह सही ठहरा रहे ने। पिंड वासियां मुताबक पंचायत ने फैसला पिंड दे बिगड़ रहे माहौल नूं मद्देनजर रखदे ही लिया। पिंड दे विच जो ये लव मैरिज हो रही है पिंड दे मुंडे ने पिंड दी कुड़ी दे नाले कराया होया है ठीक है कि नहीं उहदे नाल वी गाहां वाली आउण वाली पीढ़ी ते वी उहदा उल्ट प्रभाव पै रहा है। देखो आंढ गवांढ च सके घर ने बिल्कुल आपस विच ही सकिया वांगू वरतदे ने उह जे असीं ना उह स्टैंड लैंदे तां कुड़ी दा दादा साडे कोल उस दिन सुबह सजरे आया उह कहिंदा सी वी मैं आपदे आप नूं मिट्टी दा तेल पा के अग ला लूंगा वी जे तुसीं कोई इह स्टैंड नहीं लैंदे वी उहनां नूं इत्थों नहीं तोरदे। असीं सिर्फ पिंड दी भलाई वास्ते इह सोचिआ वी चलो इक मता पाउने आ असीं मता पा के उहनां नूं वी सिर्फ 10-15-20 दिन लई पिंडों बाहर रहणगे चलो माहौल उहदे नाल शांत हो जाऊ। बहुत वधिया फैसला जी जिवें अजकल असीं वी यूथ आ ਸਾਡੇ ਤੇ ਵੀ ਨਹੀਂ ਗਲਤ ਪ੍ਰਭਾਵ ਪੈਂਦਾ ਅਸੀਂ ਨਹੀਂ ਕਹਿੰਦੇ ਸਾਡਾ ਦਿਮਾਗ ਕਿਹੋ ਜਿਹਾ ਚੱਲਦਾ ਜਾਂ ਤੁਹਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਕੱਲ੍ਹ ਦੀ ਸਥਿਤੀ ਕੀ ਹੋਣੀ ਆ ਜੀ ਤੇ ਅੱਜ ਹੁਣ ਸਾਡੇ ਪਿੰਡ ਦਿਆਂ ਨੇ ਸਾਰੇ ਪਿੰਡ ਦਿਆਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਚਲੋ 2-4 ਬੰਦੇ ਹੁੰਦੇ ਨੇ ਜਿਹੜੇ ਨਹੀਂ ਹੁੰਦੇ ਸਹਿਮਤ ਸਾਰੇ ਪਿੰਡ ਦਿਆਂ ਨੇ ਫੈਸਲਾ ਲਿਆ ਵੀ ਬਹੁਤ ਵਧੀਆ ਗੱਲ ਸਾਰੇ ਸਹਿਮਤ ਵੀ ਨੇ ਸਰ ਗਾਹਾਂ ਯੂਥ ਨੂੰ ਵਧੀਆ ਰੋਜ਼ ਮਿਲਦੀ ਹੁਣ ਪਿੰਡ 'ਚ ਹੋਇਆ ਇਹ ਕੰਮ ਕੋਈ ਚੰਗੀ ਗੱਲ ਤਾਂ ਹੈ ਨਹੀਂ ਆਪਾਂ ਆਪਦੇ ਦਿਲ 'ਤੇ ਰੱਖ ਕੇ ਹੱਥ ਦੇਖੀਏ ਵੀ ਚੰਗੀ ਗੱਲ ਹੋ ਗਈ ਆਪਣੀ ਧੀ ਨਾਲ ਦੇ ਘਰੇ ਵਸੇ। ਹਾਲਾਂਕਿ ਪਿੰਡ ਵਾਸੀਆਂ ਦੇ ਫਰਮਾਨ ਕਿਸੇ ਥੋਪੇ ਗਏ ਫੈਸਲੇ ਤੋਂ ਜ਼ਿਆਦਾ ਕੁਛ ਨਹੀਂ ਪਰ ਜਿਸ ਕੁੜੀ ਅਤੇ ਮੁੰਡੇ ਦੇ ਕਾਰਨ ਇਹ ਫੈਸਲਾ ਹੋਂਦ ਵਿੱਚ ਆਇਆ ਉਹਨਾਂ ਦਾ ਪਰਿਵਾਰ ਇਸ ਫੈਸਲੇ ਤੇ ਫੁੱਲ ਚੜਾਉਂਦਾ ਨਜ਼ਰ ਆਇਆ। ਕਿਸੇ ਜੀ ਨੂੰ ਵੀ ਨਹੀਂ ਪਤਾ ਇਹ ਗੱਲ ਫਿਰ ਅਸੀਂ ਕਿਸੇ ਨੂੰ ਤਾਂ ਦੱਸਦੇ ਮਾੜੀ ਮੋਟੀ ਖ਼ਬਰ ਤਾਂ ਦਿੰਦੇ ਸਾਨੂੰ ਖੁਦ ਨੂੰ ਨਹੀਂ ਪਤਾ ਤੀ ਪੜ੍ਹਦੀ ਤੀ 12ਵੀਂ ਦੇ ਪੇਪਰ ਦਿੱਤੇ ਨੇ ਹੁਣ ਜੀ ਪੈਰ ਜਾ ਕੇ ਸਾਨੂੰ ਖੁਦ ਨੂੰ ਨਹੀਂ ਪਤਾ ਵੀ ਕੀ ਗੱਲਬਾਤ ਆ ਕੀ ਨਹੀਂ। ਅਸੀਂ ਤਾਂ ਇਹ ਕਹਿੰਦੇ ਵੀ ਇਹ ਜਿਹੜਾ ਪੰਚਾਇਤ ਨੇ ਫੈਸਲਾ ਕਰਨ ਕੀਤਾ ਸਾਡੇ ਨਾਲ ਠੀਕ ਵਧੀਆ ਕੀਤਾ ਜੀ ਕੋਈ ਗਾਹਾਂ ਬਾਤ ਇਹੀ ਗੱਲ ਨਾ ਹੋਵੇ ਜੇ ਅਸੀਂ ਤਾਂ ਇਹ ਵੀ ਮੈਂ ਤਾਂ ਜਾ ਕੇ ਲੜਕੇ ਵਾਲਿਆਂ ਦੇ ਘਰੇ ਪੰਚਾਇਤ ਨੂੰ ਲੈ ਕੇ ਗਿਆ ਮੈਂ ਇੱਕ ਲੜਕੇ ਦੇ ਪੈਰੀ ਪੱਗ ਧਰੀ ਅਤੇ ਆਪਦੀ ਲੜਕੀ ਦੇ ਪੈਰੀ ਪੱਗ ਧਰੀ ਵੀ ਤੁਸੀਂ ਇਹ ਕੰਮ ਛੱਡ ਦਿਓ ਵੀ ਆਪਾਂ ਲੜਕਾ ਲੜਕੇ ਦੇ ਘਰ ਰਹੇ ਲੜਕੀ ਸਾਡੇ ਨਾਲ ਤੋਰ ਦਿਓ ਵੀ ਅਸੀਂ ਇਹਨਾਂ ਦਾ ਆਪਣੇ ਰੋਹ ਰੀਤੀ ਨਾਲ ਆਪਦਾ ਵਿਆਹ ਕਿਤੇ ਤੋਰ ਸਕੀਏ। ਪੰਚਾਇਤ ਨੇ ਇਹ ਗੱਲ ਨੂੰ ਮੁੱਖ ਰੱਖ ਕੇ ਸਾਡੇ ਪਰਿਵਾਰ ਨੇ ਸਾਰਿਆਂ ਨੇ ਮਰਨ ਦਾ ਮਤ ਲਿਆ ਸੀਗਾ ਵੀ ਅਸੀਂ ਇਦੋਂ ਤਾਂ ਮਰ ਗਏ ਚੰਗੇ ਹਾਂ ਜਿਹੜਾ ਸਾਡੇ ਗੁਆਂਢ ਹੈ ਬਿਲਕੁਲ ਸਾਹਮਣੇ ਆ ਸਾਡੇ ਨਾਲੇ ਸੰਬੰਧ ਉਹਨਾਂ ਦਾ ਪੂਰੇ ਭਾਈ ਆਪਣੇ ਘਰਦਿਆਂ ਵਾਂਗੂ ਨੇ ਪਹਿਲਾਂ ਤਾਂ ਮੈਨੂੰ 30-40 ਸਾਲ ਉਹਨਾਂ ਨਾਲ ਰਹਿੰਦਿਆਂ ਨੂੰ ਸਾਡੇ ਬਿਲਕੁਲ ਮੇਰੇ ਉਹ ਵੀ ਪੋਤਿਆਂ ਦੇ ਸਮਝ ਲੱਗਦਾ ਜੀ। ਅਸਲ ਵਿੱਚ ਪਿੰਡ ਚਨਕੋਈਆਂ ਖੁਰਦ ਵਿੱਚ ਇੱਕ ਮੁੰਡੇ ਨੇ ਆਪਣੇ ਹੀ ਗੁਆਂਢ 'ਚ ਰਹਿੰਦੀ ਇੱਕ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਪਿੰਡ 'ਚ ਤਣਾਅ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਨੇ ਸਰਬਸੰਮਤੀ ਦੇ ਨਾਲ ਦੇਸ਼ ਦੇ ਸੰਵਿਧਾਨ ਨੂੰ ਪਾਸੇ ਕਰ ਦਿਆ ਅਜਿਹੇ ਪਰਿਵਾਰਾਂ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰ ਦਿੱਤਾ। ਪੰਚਾਇਤ ਦੇ ਇਸ ਫੈਸਲੇ ਨੂੰ ਹਰਿਆਣਾ ਦੇ ਖਾਪ ਪੰਚਾਇਤਾਂ ਵਾਲਾ ਫੁਰਮਾਨ ਕਰਾਰ ਦਿੱਤਾ ਜਾ ਰਿਹਾ ਜਿਸ ਦਾ ਸੁਪਰੀਮ ਕੋਰਟ ਤੱਕ ਨੇ ਵਿਰੋਧ ਕੀਤਾ ਸੀ। ਅਜੇ ਚੁਣ ਪੰਜਾਬ ਸਰਕਾਰ ਪਿੰਡ ਚਨਕੋਈਆਂ ਖੁਰਦ ਦੀ ਪੰਚਾਇਤ ਦੇ ਖਿਲਾਫ ਕੀ ਕਦਮ ਚੁੱਕਦੀ ਹੈ ਦੇਖਣਾ ਲਾਜ਼ਮੀ ਹੋਵੇਗਾ। ਪੰਜਾਬ ਸਰਕਾਰ ਵੱਲੋਂ ਕਿਸਾਨ ਕਰਜ਼ਾ ਮੁਆਫ਼ੀ ਸਕੀਮ ਤਹਿਤ ਦੂਜੇ ਪੜਾਅ ਹੇਠ ਕਰਜ਼ ਮੁਆਫ਼ੀ ਦੀ 5ਵੀਂ ਕਿਸ਼ਤ ਜਾਰੀ ਕੀਤੀ ਹੈ। ਬਠਿੰਡਾ ਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਚ ਤਕਰੀਬਨ 7,213 ਕਿਸਾਨਾਂ ਨੂੰ 29,17,00,000 ਰੁਪਏ ਦੀ ਕਰਜ਼ਾ ਮੁਆਫ਼ੀ ਦਿੱਤੀ ਗਈ। ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਦੇਣ ਦੇ ਦਾਅਵੇ ਦੇ ਨਾਲ ਪੰਜਾਬ ਸਰਕਾਰ ਨੇ ਕਿਸਾਨ ਕਰਜ਼ ਮੁਆਫ਼ੀ ਦੀ ਸਕੀਮ ਸ਼ੁਰੂ ਕੀਤੀ ਸੀ।
जिस दे तहत पंजाब दे खजाना मंत्री मनप्रीत सिंह बादल ने बठिंडा च किसानां लई 29 करोड़ रुपए दे किसानी कर्जे माफ कीते। मनप्रीत बादल ने अपने संबोधन च कहा कि जिथे साबका गठजोड़ सरकार अकाली दल अते भाजपा दी सी, उन्हां ने किसानां नूं कर्जे तो कोई भी राहत ना दित्ती। उथे कैप्टन अमरिंदर सिंह दी कांग्रेस सरकार ने किसानां दा कर्जा अपने सिर लै के उन्हां नूं वड्डी राहत दित्ती है। उन्हां दावा कीता है कि सितंबर 2018 तक सूबे दे सारे 14 लाख किसानां दा कर्जा माफ कर दिता जाएगा। तो तकरीबन एक साल कबल जदों पंजाब दे विच इलेक्शन आए तो कैप्टन अमरिंदर सिंह साहब ने यह वादा किया सी कि जे परमात्मा का हुक्म होया, जे पंजाब दे लोकां ने साथ दिता तो पंजाब का जिहड़ा किसान है इनू कुछ ना कुछ राहत जिहड़ी है ये कांग्रेस पार्टी जरूर देगी। जिन्हें 2 लाख रुपए तक की स्कीम जिहड़ी है लागू की आदरी बावजूद इसके कि पंजाब के जिहड़े माली हालात सीगे वो बहुते साजगार नहीं सीगे, साडी हैसियत ते औकात जिहड़ी है वो इस किस्म की नहीं सी कि असी एड्डी वड्डी छाल मार सकीए। और पहली बारी 70 साल हो गया मुल्क नूं आजाद होया कि किसी भी सरकार ने इत्थे बड़े मुख्यमंत्री बन के आए चले गए पर पहली बार होया कि कैप्टन अमरिंदर सिंह साहब की क्यादत थले सरकार ने किसान का जिहड़ा कर्जा है उस कर्ज की माफी की स्कीम जिहड़ी है वो चलाई है और 2 लाख तक चलाई है। मनप्रीत बादल ने कैप्टन अमरिंदर सिंह दियां तरीफां दे पुल बनदियां कहा कि बाकी सूबियां च किसी भी सरकार ने किसान नूं 2 लाख तक की कर्ज माफी देन दी हिम्मत नहीं कीती। उत्थे कैप्टन दी अगवाई च पंजाब सरकार ने किसानां नूं वड्डी राहत दित्ती है पर मंत्री साहब दा राहत वाला बयान बहुता सही नहीं लगता क्योंकि जिस किसान खुदकुशी नूं रोकण लई किसान कर्ज माफी दा ढंडोरा पिटिया गया सी वो अज भी बादस्तूर जारी है। पटियाला दे पिंड पसियाणा दे सरपंच दी कुटमार दे मसले ने तूल फड़ लिया। अणपछातियां वल्लों सरपंच दी कुटमार करन तों बाद पड़के लोकां ने पटियाला संगरूर राजमार्ग बंद करके पुलिस खिलाफ नारेबाजी कीती। पटियाला दे पिंड पसियाणा च उस वेले माहौल तनाग्रस्त हो गया जदों अकाली दल दे नाल संबंधित एक सरपंच ते कुछ नौजवानों ने दिन दिहाड़े तेज धार हथियारों दे नाल हमला कर दिता। घटना तो बाद सरपंच नूं जख्मी हालत च हस्पताल भर्ती करवाया गया। पिंड पसियाणा दा सरपंच कृष्ण कुमार किसे दुकान ते खड़िया सी कि इस दौरान कई नौजवानों ने सरपंच की कुटमार कर दिती। सरपंच नाल होई अणहोनी तो अके होए अकालिया ने पटियाला संगरूर हाईवे नूं जाम कर दिता अते दावा कीता के चोणा दी रंजिश दे चलदिया हमला होया। पुलिस बनदिया धरावां दे सहत केस दर्ज नहीं कर रही। कारण यह है अज सवेरे 11:30 बजे साडे पिंड दे छोटे ब्रदर ने साहब अपने सरपंच कृष्ण कुमार जी उन्हां ते पिंड दा मुंडे सी 2-3 ते बाकी बाहरले मुंडे सी 10-11 बंदे ने उन्हां ते जानलेवा हमला कीता। गणासियां नाल कृपानां नाल ते राड़ां नाल उन्हां दे लत्तां तोड़तीआं बाहां तोड़तीआं बहुत ज्यादा ਡੂੰਘੀਆਂ ਸੱਟਾਂ ਮਾਰੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਦਾਖਲ ਕਰਾਇਆ ਤੇ ਪੁਲਿਸ ਬਣ ਦੀ ਕਾਰਵਾਈ ਨਹੀਂ ਕਰ ਰਹੀ। ਕੀ ਕਰਨਾ ਕਿਉਂ ਨਹੀਂ ਕਰ ਰਹੀ? ਹੋ ਸਕਦਾ ਇਹਨਾਂ ਦੇ ਕੋਈ ਸਰਕਾਰ ਦਾ ਦਬਾਅ ਹੋਏ ਜਾਂ ਕਿਸੇ ਐਮਐਲਏ ਦਾ ਦਬਾਅ ਹੋਏ ਹੋ ਸਕਦਾ। ਕਾਂਗਰਸੀ ਬੰਦੇ ਨੇ ਹਾਂ ਅਕਾਲੀ ਹਾਂ ਅਕਾਲੀ ਦਲ ਦੇ ਸਰਪੰਚ ਹਾਂ ਸਾਰਾ ਪਿੰਡ ਸਾਡੇ ਨਾਲ ਹੈ ਵਧੀਆ ਅਸੀਂ ਕੰਮ ਕਰ ਰਹੇ ਹਾਂ। ਸਵੇਰੇ ਵੀ ਉਹ ਕੰਮ ਤੇ ਗੇੜਾ ਮਾਰਨ ਗਏ ਕੰਮ ਚੱਲਦਾ ਸੀ ਪਿੰਡ ਦਾ ਪੰਚਾਇਤ ਦਾ ਕੰਮ ਚੱਲਦਾ ਸੀ। ਝਗੜਾ ਕਿਸ ਪਿੱਛੇ ਹੋਣਾ ਸ਼ੁਰੂ ਹੋਇਆ ਸੀ? ਝਗੜਾ ਵੈਸੇ ਇਹੀ ਵੋਟਾਂ ਦੀਆਂ ਰਿੰਸਾਂ ਨੇ ਜੀ। ਪਿੱਛੇ ਪਿਛਲੇ ਸਾਲ ਵੀ ਉਸ ਮੁੰਡੇ ਨੇ ਜਿਹੜਾ ਗੈਂਗਸਟਰ ਬਣਿਆ ਫਿਰਦਾ ਹੈ ਬਿੱਟੂ ਹੈ ਉਹਨੇ ਪਿਛਲੇ ਸਾਲ ਵੀ ਸਰਪੰਚ ਦੇ ਮੁੰਡੇ ਦੇ ਸੱਟਾਂ ਮਾਰੀਆਂ ਸੀ ਬਾਹਰੋਂ ਬੰਦੇ ਬੁਲਾ ਕੇ। ਉਦੋਂ ਵੀ ਅਸੀਂ ਇੱਕ ਪਿੰਡ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਹਿਸਾਬ ਨਾਲ ਸਮਝੌਤਾ ਕਰ ਲਿਆ ਸੀ ਕੋਈ ਕਾਰਵਾਈ ਨਹੀਂ ਸੀ ਉਹਨਾਂ ਤੇ ਕਰਵਾਈ ਤੇ ਉਸ ਟਾਈਮ ਜੇ ਕਾਰਵਾਈ ਹੋਈ ਹੁੰਦੀ ਤਾਂ ਇਹ ਦੁਬਾਰਾ ਹਮਲਾ ਨਾ ਕਰਦੇ। ਹੁਣ ਜਾਨਲੇਵਾ ਹਮਲਾ ਕੀਤਾ ਤੇ 307 ਬਣਦੀ ਹੈ ਇਹਨਾਂ ਦੇ ਹਿਸਾਬ ਨਾਲ ਵੀ ਡਾਕਟਰਾਂ ਦੇ ਹਿਸਾਬ ਨਾਲ ਵੀ ਪਰ ਲੇਕਿਨ ਉਹਨਾਂ ਨੇ ਪੁਲਿਸ ਇਹੀਆਂ ਧਾਰਾਂ ਲਾ ਰਹੀ ਹੈ ਜਿਨ੍ਹਾਂ ਦੇ ਨਾਲ ਕੀ ਬੰਦਾ ਬਾਹਰੋਂ ਬਾਹਰ ਜਮਾਨਤ ਕਰਾ ਸਕੇ। ਉਧਰ ਜਾਂਚ ਅਧਿਕਾਰੀ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਹੈ। ਅੱਜ ਪਸਿਆਣੇ
पिंड दे एक सरपंच ने कृष्ण कुमार उन्हां दा पिंड वासियां नाल ही झगड़ा होया आ ते वो झगड़े के दौरान जिहड़ियां भी सट्टां मतलब कि लगियां ने कृष्ण कुमार दे वो सट्टां दे अकॉर्डिंगली डाक्टरी मतलब कि रिपोर्ट के मुताबिक असी जिहड़ी कार्रवाई की है ते जे कोई होर भी डाक्टरी रिपोर्ट के मुताबिक कोई जुर्म च वाधा होगा तो असी वो अपनी एफ आई आर दे विच लैके आवांगे वाधा करांगे। किन्ना बंदे दा अपर्च दर्ज है? टोटल किन्ने बंदे दे खिलाफ हुई अरेस्ट वगैरह की? इन्हां ने अजे 12 ਬੰਦਿਆਂ ਦੇ ਖਿਲਾਫ ਪਰਚਾ ਦਰਜ ਕਰਾਇਆ। 7 ਬੰਦੇ ਬਾਈ ਨੇਮ ਨੇ, ਬਾਕੀ ਬੰਦੇ ਅਨਨੋਨ ਨੇ। ਨਹੀਂ ਅਰੈਸਟ ਨਹੀਂ, ਅਜੇ ਹੁਣੇ ਹੀ ਪਰਚਾ ਦਰਜ ਕਰਵਾਇਆ, ਹੁਣੇ ਹੀ ਸਟੇਟਮੈਂਟ ਲਿਖ ਕੇ ਲੈ ਕੇ ਆਏ ਹਾਂ। ਕਿਹਾ ਜਾ ਰਿਹਾ ਕਿ ਇਸ ਹਮਲੇ ਦੇ ਨਾਲ ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਹੋਣ ਵਾਲੇ ਹਮਲਿਆਂ ਦੀ ਲਿਸਟ ਜ਼ਰੂਰ ਲੰਮੀ ਹੋਈ ਹੈ, ਪਰ ਅਸਲ ਕਾਰਨ ਕੀ ਹੈ ਇਹ ਤਾਂ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ। ਅੱਜ ਦੇ ਬੁਲੇਟਿਨ ਵਿਚ ਐਨਾ ਹੀ। ਦੇਸ਼ ਤੇ ਦੁਨੀਆਂ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਵੇਖਦੇ ਰਹੋ ਸਿੱਖ ਚੈਨਲ। ਧੰਨਵਾਦ। We'll be right back.